ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਸਮਰਾਲਾ ਪੁੱਜੇ। ਚੜੂਨੀ ਨੇ ਇੱਥੇ ਇੱਕ ਧਾਰਮਿਕ ਸਮਾਗਮ ਵਿੱਚ ਹਾਜ਼ਰੀ ਲਗਵਾਈ। ਉਹਨਾਂ ਕਿਹਾ ਕਿ ਝੋਨਾ ਮੰਡੀਆਂ ਵਿੱਚ ਰੁੱਲ ਰਿਹਾ ਹੈ, ਕੋਈ ਖਰੀਦ ਨਹੀਂ ਕਰ ਰਿਹਾ, ਸਰਕਾਰਾਂ ਵਾਅਦਿਆਂ ਤੋਂ ਮੁੱਕਰ ਰਹੀਆਂ ਹਨ। ਇਸ ਦੇ ਵਿਰੋਧ ਵਿੱਚ 23 ਸਤੰਬਰ ਨੂੰ ਸ਼ਾਹਬਾਦ ਵਿਖੇ GT ਰੋਡ ਜਾਮ ਕੀਤਾ ਜਾਏਗਾ। ਨਾਲ ਉਹਨਾਂ ਇਹ ਵੀ ਕਿਹਾ ਕਿ ਦੇਸ਼ ਅੰਦਰ 9 ਵਿਅਕਤੀਆਂ ਦੇ ਕੋਲ 50 ਕਰੋੜ ਆਬਾਦੀ ਦੇ ਬਰਾਬਰ ਜਾਇਦਾਦ ਹੈ, 22 ਕਰੋੜ ਲੋਕ ਦੇਸ਼ ਅੰਦਰ ਭੁੱਖੇ ਸੌਂਦੇ ਹਨ, ਰੋਜ਼ਾਨਾ 28 ਬੇਰੁਜ਼ਗਾਰ ਆਤਮ ਹੱਤਿਆ ਕਰ ਰਹੇ ਹਨ, ਹਰ 2 ਘੰਟੇ ਅੰਦਰ ਕਿਸਾਨ ਕਰਜ਼ੇ ਕਾਰਨ ਖੁਦਕੁਸ਼ੀ ਕਰ ਰਿਹਾ ਹੈ, ਦੇਸ਼ ਦੇ ਟੁਕੜੇ ਕਰਕੇ ਵੇਚਿਆ ਜਾ ਰਿਹਾ ਹੈ, ਦੇਸ਼ ਅੰਦਰ ਸਿਰਫ ਆਪਣੇ ਸਵਾਰਥ ਵਾਸਤੇ ਰਾਜਨੀਤੀ ਹੋ ਰਹੀ ਹੈ, ਜਿਸ ਕਾਰਨ ਦੇਸ਼ ਦਾ ਬੇੜਾ ਗਰਕ ਦਿਨੋ ਦਿਨ ਹੋ ਰਿਹਾ ਹੈ। ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਦੇ ਨਾਲ ਸਮਰਾਲਾ ਤੋਂ ਲਖਵਿੰਦਰ ਸਿੰਘ ਦੀ ਖਾਸ ਰਿਪੋਰਟ। ਸਾਲਾਨਾ ਮੇਲਾ ਜੋ ਹਰ ਸਾਲ ਅਸੀਂ ਇਹ ਜੋੜ ਮੇਲਾ ਔਰ ਭੰਡਾਰਾ ਮਨਾਉਂਦੇ ਹਾਂ, ਉਸੇ ਤਰੀਕੇ ਅੱਜ ਵੀ ਸਾਡਾ ਇਹ ਜਿਹੜਾ ਭੰਡਾਰਾ ਔਰ ਜੋੜ ਮੇਲਾ ਚੱਲ ਰਿਹਾ ਔਰ ਬੜੀ ਅੱਜ ਖੁਸ਼ੀ ਦੀ ਗੱਲ ਹੈ ਕਿਉਂਕਿ ਕਈ ਸਾਲ ਬਾਅਦ ਲੋਕਡਾਊਨ ਤੋਂ ਬਾਅਦ, ਕਰੋਨਾ ਦੀ ਮਹਾਮਾਰੀ ਤੋਂ ਬਾਅਦ ਬੜੀ ਮੁਸ਼ਕਲ ਨਾਲ ਲੋਕ ਜਿਹੜੇ ਹੈ ਉਹ ਦੁਬਾਰਾ ਫਿਰ ਜੁੜ ਕੇ ਬੈਠਣ ਲੱਗੇ ਹੈ ਔਰ ਅੱਜ ਮੇਲੇ ਦੀ ਬਹੁਤ ਵਧੀਆ ਰੌਣਕ ਤੁਸੀਂ ਦੇਖ ਰਹੇ ਹੋ, ਜਿਹੜਾ ਕਿ 2 ਸਾਲ ਬਾਅਦ ਅੱਜ ਮੇਲੇ ਦੀ ਜਿਹੜੀ ਰੌਣਕ ਆ ਉਹ ਦੇਖਣ ਵਾਲੀ ਹੈ। ਅੱਜ ਕਲਾਕਾਰ ਵੀ ਪਹੁੰਚੇ ਨੇ, ਛੋਟੇ ਜਿਹੇ ਕਲਾਕਾਰ ਵੀ ਪਹੁੰਚੇ ਨੇ, ਉਹਨਾਂ ਬਾਰੇ ਕਲਾਕਾਰ ਹਰ ਸਾਲ ਹੀ ਹੁੰਦੇ ਆ ਔਰ ਤੁਸੀਂ ਵੇਖਿਆ ਹੋਊਗਾ ਕਿ ਸਾਡੇ ਜਿਹੜੇ ਪ੍ਰੋਗਰਾਮ ਹੈ ਉਹ ਜਾਂ ਤਾਂ ਧਾਰਮਿਕ ਗੀਤ ਗਾਏ ਜਾਂਦੇ ਆ ਇੱਥੇ ਜਾਂ ਫਿਰ ਨਰੋਲ ਸੱਭਿਆਚਾਰ, ਜਿਹੜਾ ਕਿ ਪੰਜਾਬ ਦਾ ਸੱਭਿਆਚਾਰ ਅਲੋਪ ਹੁੰਦਾ ਜਾ ਰਿਹਾ ਹੈ ਉਹਨੂੰ ਜਿਉਂਦਾ ਰੱਖਣ ਦੇ ਲਈ ਅਸੀਂ ਇੱਥੇ ਸੱਭਿਆਚਾਰ ਵੀ ਨਾਲ ਕਰਦੇ ਹਾਂ ਕਿ ਅੱਜ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਸਾਡੇ ਸੱਭਿਆਚਾਰ ਬਾਰੇ ਪਤਾ ਲੱਗ ਸਕੇ, ਇਸ ਕਰਕੇ ਧਾਰਮਿਕ ਔਰ ਸੱਭਿਆਚਾਰ ਦੋਨੇ ਹੀ ਸਾਡੇ ਪ੍ਰੋਗਰਾਮ ਹੁੰਦੇ ਆ। ਅੱਜ ਸਾਡੀ ਜੀਰੀ ਮੰਡੀ 'ਚ ਪਈ ਹੈ, ਖਰੀਦਣ ਵਾਲਾ ਕੋਈ ਨਹੀਂ, ਬਾਹਰ ਜਾ ਰਹੀ ਸੀ ਬੈਨ ਕਰਤਾ ਇਹਨਾਂ ਨੇ, ਚੌਲ ਬਾਹਰ ਜਾ ਰਿਹਾ ਸੀ ਇਹਨਾਂ ਨੇ 20% ਟੈਕਸ ਲਾ ਦਿੱਤਾ, ਪ੍ਰਾਈਵੇਟ ਖਰੀਦਣ ਨਹੀਂ ਦਿੰਦੇ, ਆਪ ਖਰੀਦਦੇ ਨਹੀਂ, ਮੰਡੀ 'ਚ ਪਈ ਹੈ, ਉੱਤੋਂ ਬਾਰਿਸ਼ ਹੈ, ਗਲ ਰਹੀ ਹੈ, ਕੋਈ ਸਾਡਾ ਵਾਲੀ ਵਾਰਸ ਨਹੀਂ ਹੈ। ਕੱਲ੍ਹ ਅਸੀਂ ਸ਼ਾਹਬਾਦ ਦੇ ਵਿੱਚ ਜਾਮ ਲਾਉਣਾ ਹੈ, GT ਰੋਡ ਜਾਮ ਕਰਨਾ। ਅੱਜ 9 ਬੰਦਿਆਂ ਕੋਲ 50 ਕਰੋੜ ਲੋਕਾਂ ਦੇ ਬਰਾਬਰ ਸੰਪੱਤੀ ਹੈ, ਅੱਜ 22 ਕਰੋੜ ਲੋਕ ਸਾਡੇ ਦੇਸ਼ ਦੇ ਵਿੱਚ ਭੁੱਖੇ ਨੇ, ਅੱਜ 28 ਬੇਰੁਜ਼ਗਾਰ ਰੋਜ਼ ਸੁਸਾਈਡ ਕਰ ਰਹੇ ਨੇ, ਅੱਜ ਹਰ ਘੰਟੇ ਦੇ ਵਿੱਚ 2 ਕਿਸਾਨ ਕਰਜ਼ੇ 'ਚ ਦੱਬ ਕੇ ਸੁਸਾਈਡ ਕਰ ਜਾਂਦੇ ਹੈ, ਜਿੰਨਾ ਸਾਰੇ ਦੇਸ਼ ਦੇ ਕਿਸਾਨਾਂ ਦਾ ਕਰਜ਼ਾ ਉਸ ਤੋਂ 2 ਗੁਣਾ ਕਰਜ਼ਾ ਕਾਰਪੋਰੇਟ ਤੋਂ ਮਾਫ਼ ਕਰਤਾ ਹੈ, ਪੂਰੇ ਦੇਸ਼ ਨੂੰ ਟੁਕੜੇ ਕਰਕੇ ਵੇਚਿਆ ਜਾ ਰਿਹਾ ਹੈ ਕਿ ਇਹ ਜਿਹੜੀਆਂ ਚੀਜ਼ਾਂ ਨੇ ਇਹ ਗੰਦੀ ਰਾਜਨੀਤੀ ਜਿਹੜੀ ਹੈ, ਜਿਹੜੀ ਆਪਣੇ ਸਵਾਰਥ ਵਾਸਤੇ ਰਾਜਨੀਤੀ ਹੋ ਗਈ, ਨਾ ਕਿ ਦੇਸ਼ ਦੀ ਜਨਤਾ ਵਾਸਤੇ, ਉਸ ਚੀਜ਼ ਨੇ ਸਾਡੇ ਦੇਸ਼ ਦਾ ਬੇੜਾ ਗਰਕ ਕਰਤਾ। ਇਸ ਤਰ੍ਹਾਂ ਹੈ ਕਿ ਜੰਗ ਜੁੰਗ ਤਾਂ ਅਸੀਂ ਕੁੱਟ ਲਿਆਂਗੇ ਉਹਨਾਂ ਨੂੰ, ਜੰਗ ਜੁੰਗ ਲੜਨ ਤੋਂ ਸਾਡੇ ਤੋਂ ਤਕੜੇ ਨਹੀਂ ਹੈ, ਪਰ ਉਹਨਾਂ ਦੀ ਜਿਹੜੀ ਨੀਤੀਆਂ ਹੈ ਉਹ ਡੰਡੇ ਵਾਲੀ ਨੀਤੀਆਂ ਹੈ, ਪ੍ਰਚਾਰ ਵਾਲੀ ਨੀਤੀਆਂ ਨਹੀਂ, ਸਮਝਾਉਣ ਵਾਲੀ ਨੀਤੀਆਂ ਨਹੀਂ। ਕਿੰਨੇ ਅੱਜ ਤੱਕ ਉਹਨਾਂ ਕੈਂਪ ਲਾਏ ਨੇ ਜਿਹੜੇ ਉਹ ਸਮਝਾਉਣ ਲੋਕਾਂ ਨੂੰ, ਕਿੰਨੇ ਉਹਨਾਂ ਨੇ ਰਾਹਤ ਦਿੱਤੀ ਹੈ, ਸੁਪਰੀਮ ਕੋਰਟ ਦਾ ਫੈਸਲਾ ਤੱਕ ਉਹਨਾਂ ਨਹੀਂ ਮੰਨਿਆ, ਡੰਡਾ ਸਾਡੇ ਚਲਾਉਣ ਜਾਣਦੇ ਨੇ ਬਸ, ਅਤੇ ਅਸੀਂ ਇਹਨਾਂ ਸਾਰੀ ਚੀਜ਼ਾਂ ਦਾ ਜਿਹੜੀ ਇਹ ਸਖਤਾਈ ਕਰਦੇ ਨੇ ਉਹਦੇ ਵਿਰੋਧੀ ਆ। ਹਾਂ, ਦੇਸ਼ ਦੇ ਪੱਖ ਦੇ ਵਿੱਚ ਜੋ ਕਰਨਾ ਚਾਹੀਦਾ ਉਹ ਲੋਕਾਂ ਨੂੰ ਸਮਝਾ ਕੇ, ਲੋਕਾਂ ਨੂੰ ਗਿਆਨ ਦੇ ਕੇ ਕਰਨਾ ਚਾਹੀਦਾ। ਇਹ ਡਿਸਪਿਊਟਡ ਮੈਟਰ ਨੇ, ਇਹ ਡਿਸਪਿਊਟਡ ਮੈਟਰ ਰਾਜਨੀਤਿਕ ਪਾਰਟੀਆਂ ਦੁਆਰਾ ਚੱਕੇ ਜਾਂਦੇ ਨੇ, ਨਾ ਇਹਨਾਂ ਨੂੰ ਕੋਈ ਬਣਾਉਣਾ ਹੈ, ਨਾ ਇਹਨਾਂ ਨੂੰ ਕਿਸੇ ਨੇ ਸਿਰੇ ਲਾਉਣਾ ਹੈ। ਅਤੇ ਦੂਜੀ ਗੱਲ ਇਹ ਹੈ, ਜਿਹੜਾ ਰੱਬ ਨੇ ਪਾਣੀ ਦਿੱਤਾ ਹੈ ਉਹ ਪੂਰੇ ਦੇਸ਼ ਦੇ ਵਿੱਚ ਕਿੱਥੇ ਬੰਨੇ, ਅੱਜ ਤੱਕ ਕਿਹੜਾ ਬਜਟ ਖਰਚ ਕੀਤਾ ਹੈ, ਜਿਹੜਾ ਭਾਖੜਾ ਡੈਮ ਦਾ ਜਿਹੜਾ ਨਕਸ਼ਾ ਸੀ ਜਿਹੜਾ ਅੰਗਰੇਜ਼ਾਂ ਨੇ ਬਣਾਇਆ ਸੀ ਉਹ ਇਹ ਸੀ ਵੀ ਇੱਥੋਂ ਨਹਿਰਾਂ ਨਾ ਦਿਓ, ਇਹਨੂੰ ਸ਼ਿਵਾਲਿਕ ਦੀ ਪਹਾੜੀ ਦੇ ਨੇੜੇ ਲੈ ਜਾਓ ਪਾਣੀ ਨੂੰ, ਅੱਗੇ ਹੋਰ ਬਰਸਾਤੀ ਪਾਣੀ ਰਲੇਗਾ, ਉਹਦੇ ਨਾਲ ਹੋਰ ਡੈਮ ਬਣਾਓ, ਉਹਦੇ ਨਾਲ ਹੋਰ ਬਿਜਲੀ ਬਣੇਗੀ, ਉੱਥੋਂ ਨਹਿਰਾਂ ਕੱਢੋ ਫਿਰ ਅੱਗੇ ਲੈ ਜਾਓ ਫਿਰ ਉੱਥੋਂ ਹੋਰ ਪਾਣੀ ਰਲੇਗਾ। ਇਹ ਪੂਰਾ ਕਿੰਨਾ ਕਿੰਨੇ ਹਜ਼ਾਰ ਕਿਲੋਮੀਟਰ ਦਾ ਆਪਣਾ ਏਰੀਆ ਹੈ ਪਹਾੜੀ ਦੇ ਨੇੜੇ ਨੇੜੇ ਦਾ, ਟੋਟਲ ਪਾਣੀ ਜਿੰਨਾ ਬਾਰਿਸ਼ ਦਾ ਆਉਂਦਾ ਹੈ ਜਿਹੜਾ ਪਰਮਾਤਮਾ ਨੇ ਸਮੁੰਦਰ 'ਚੋਂ ਚੱਕਿਆ ਹੈ, ਸ਼ੁੱਧ ਕੀਤਾ ਹੈ ਅਤੇ ਪਹਾੜ 'ਤੇ ਛੱਡਿਆ ਹੈ, ਉਸ ਪਾਣੀ ਨਾਲ 2 ਕੰਮ ਹੋ ਸਕਦੇ ਸੀ, ਜਿਵੇਂ ਸਾਡੀ ਢਲਾਣ ਹੈ ਦੇਸ਼ ਦੀ, ਭੂਗੋਲਿਕ ਸਥਿਤੀ ਹੈ, 2 ਕੰਮ ਹੋ ਸਕਦੇ ਸੀ, ਪੂਰੀ ਬਿਜਲੀ ਫਰੀ ਅਤੇ ਪੂਰੇ ਦੇਸ਼ ਨੂੰ ਪਾਣੀ ਇਹਦੇ ਨਾਲ ਮਿਲ ਸਕਦਾ ਹੈ। ਅਸੀਂ ਬਰਸਾਤੀ ਪਾਣੀ ਬੰਨਿਆ ਕਦੋਂ ਹੈ, ਜਦੋਂ ਬਾਰਿਸ਼ ਪੈਂਦੀ ਹੈ ਲੱਖਾਂ ਏਕੜ ਸਾਡੀ ਜ਼ਮੀਨ ਡੁੱਬਦੀ ਹੈ, ਹਜ਼ਾਰਾਂ ਸਾਡੇ ਬੰਦੇ ਮਰਦੇ ਨੇ, ਪਾਣੀ ਵਾਪਸ ਸਮੁੰਦਰ ਚਲੇ ਜਾਂਦਾ ਹੈ, ਆਪਾਂ ਲੜ ਰਹੇ ਹਾਂ।